ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਕੈਪਟਨ ਵੱਲੋਂ ਆਈ ਵੱਡੀ ਖਬਰ ਦਿੱਤੀ ਇਹ ਵੱਡੀ ਚੇਤਾਵਨੀ ਆਈ ਤਾਜ਼ਾ ਵੱਡੀ ਜਾਣਕਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਨਾਲ ਹੀ ਜਿਨ੍ਹਾਂ ਨੇ ਆਲੇ ਸ਼ਾਪਿੰਗ ਕਰਨੀ ਹੈ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਚ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਆਲੇ ਸ਼ਾਪਿੰਗ ਕਰ ਸਕਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਨਾਲ ਕਾਂਗਰਸਾਂ ਨਾਲ ਲਿਪਟਣ ਵਿੱਚ ਸੂਬਾ ਸਰਕਾਰ ਨੇ ਨਾਕਾਮ ਰਹਿਣ ਦੇ ਨਾਲ ਦੋਸ਼ਾਂ ਨੂੰ ਸਪਸ਼ਟ ਰੱਦ ਕਰਦੇ ਹੋਏ ਅੱਜ ਭਾਰਤੀ ਕਿਸਾਨ ਯੂਨੀਅਨ ਨੂੰ ਆਪਣਾ ਪ੍ਰਸਤਾਵ ਧਰਨੇ ਪ੍ਰਤੀ ਅੱਗੇ ਨਾ ਵਧਨ ਦੀ ਅਪੀਲ ਕੀਤੀ ਹੈ ਉਹਨਾਂ ਕਹੇ ਕਿ ਇਹ ਤਰਨਾ ਵੱਡੇ ਪੱਧਰ ਉੱਤੇ ਕਰੋਨਾ ਫੈਲਣ ਦਾ ਕਾਰਨ ਬਣ ਸਕਦਾ ਹੈ ਮੁੱਖ ਮੰਤਰੀ ਨੇ ਉਹਨਾਂ ਦੀ ਸਰਕਾਰ ਦੇ ਪੰਜਾਬ ਦੀ ਹਾਲਤ ਦਿੱਲੀ ਮਹਾਰਾਸ਼ਟਰ ਵਰਗੇ ਸੂਬਿਆਂ ਵਰਗੀ ਹੋਣ ਤੇ ਰੋਕਣ ਲਈ ਸੱਤ ਲੜਾਈ ਲੜੀ ਹੈ ਅਤੇ ਇਥੋਂ ਤੱਕ ਅਗੀ ਉੱਤਰਪੜ ਦੇ ਜਿੱਥੇ ਗੰਗਾ ਨਦੀ ਵਿੱਚ ਤੈਰਦਿਆਂ ਇਲਾਚਾਂ ਨੇ ਭਾਤਪਾ ਵਿੱਤੀਆਂ ਸੱਤਾ ਵਾਲੇ ਸੂਬੇ ਦੀ ਇਸ ਮਹਾਮਾਰ ਨਾਲ ਜਿੱਥੇ ਵਿੱਚ ਦੂਰ ਪ੍ਰਬੰਧਾ ਦਾ ਪਰਦਾ ਪਾਸ਼ ਰੱਖ ਕੇ ਕੀਤਾ ਹੈ ਉਹਨਾਂ ਕਾਇ ਹੈ ਕਿ ਪਟਿਆਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਤਿੰਨ ਦਿਨਾਂ ਪ੍ਰਸਤਾਵਿਤ ਧਰਨੇ ਵਰਗੀ ਕੋਈ ਵੀ ਗਤੀਵਿਧੀ ਸੂਬੇ ਵਿੱਚ ਕੋਵਿਡ ਨਾਲ ਨਿਪਟਣ ਲਈ ਉਹਨਾਂ ਦੀ ਸਰਕਾਰ ਵੱਲੋਂ ਹੁਣ ਤੱਕ ਕੀਤੀਆਂ ਕੋਸ਼ਿਸ਼ਾਂ ਤੇ ਪਾਣੀ ਫੇਰ ਸਕਦੀ ਹੈ ਕੈਪਟਨ ਮਿੰਦਰ ਸਿੰਘ ਨੇ ਖਾਸਾਂ ਜਿਥੇ ਬੰਦੀ ਨੂੰ ਮਹਾਮਾਰੀ ਦੇ ਸਮੇਂ ਖਾਸ ਕਰਕੇ ਜੋ ਸੂਬੇ ਵਿੱਚ ਸਾਰੇ ਇਕੱਠਾ ਉੱਤੇ ਮੁਕੰਮਲ ਪਾਬੰਦੀ ਹੋਵੇ ਤਾਂ ਇਸ ਦੌਰ ਵਿੱਚ ਅਜਿਹੀ ਲਾਪਰਵਾਹੀ ਵਾਲੇ ਰਵੱਈਏ ਨਾਲ ਗੈਰ ਜ਼ਿੰਮੇਵਾਰੀ ਵਾਲਾ ਕੰਮ ਨਾ ਕਰਨ ਤੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਖਤਰਨਾਕ ਪਹੁੰਚ ਦੀ ਅਪੀਲ ਕੀਤੀ ਹੈ ਉਹਨਾਂ ਕਹੇ ਕਿ ਪਾਬੰਦੀ ਦੀ ਕੋਈ ਵੀ ਉਲੰਘਣਾ ਪੰਜਾਬ ਅਤੇ ਇਥੋਂ ਦੇ ਲੋਕਾਂ ਦੇ ਹਿੱਤਾਂ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ ਉਹਨਾਂ ਕਹੇ ਕਿ ਜੇ ਧਰਨੇ ਵਿੱਚ ਮੁੱਖ ਤੌਰ ਤੇ ਪਿੰਡਾਂ ਦੇ ਲੋਕ ਸ਼ਾਮਲ ਹੋਣਗੇ ਜਾਦ ਕੀ ਪਿੰਡ ਮਹਾਮਾਰੀ ਦੂਜੇ ਲਹਿਰ ਦੌਰਾਨ ਕਿਸੇ ਨਾ ਕਿਸੇ ਹਾਲ ਤੇ ਵੀ ਸੰਕਟ ਚ ਗੁਜ਼ਰ ਰਹੇ ਹਨ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸਾਂਝ ਤੇ ਬੰਦੀ ਦਾ ਇਹ ਕਦਮ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਇਨਾ ਮਹੀਨਾ ਦੌਰਾਨ ਸੰਘਰਸ਼ੀਲ ਕਿਸਾਨਾਂ ਨਾਲ ਸੂਬਾ ਸਰਕਾਰ ਦੇ ਡਿਟੇਨਸ ਯੋਗ ਦੇ ਵਿੱਚ ਚਾਦਰੇ ਹੋਏ ਪੂਰੀ ਤਰ੍ਹਾਂ ਅਨੁਚਿਤ ਕੀਤਾ ਗਿਆ ਹੈ ਉਹਨਾਂ ਕਹਿਆ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਸਰਕਾਰ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦੀ ਮੁਖਲਾਫਤ ਕਰਦੇ ਹੋਏ ਸੂਬੇ ਦੇ ਵਿਧਾਨ ਸਭਾ ਵਿੱਚ ਸੋਧ ਕਾਨੂੰਨ ਪਾਸ ਕੀਤਾ ਹੈ ਉਨਾ ਕਹਿਆ ਕਿ ਉਸ ਸਮਾਂ ਕਿਸਾਨਾਂ ਵਿੱਚ ਬਦਲੇ ਵਿੱਚ ਮਹਾਮਾਰੀ ਵਿਰੁੱਧ ਲੜਾਈ ਵਿੱਚ ਸੂਬਾ ਸਰਕਾਰ ਦਾ ਸਹਿਯੋਗ ਕਰਨ ਦਾ ਹੈ। ਉਹਨਾਂ ਕਹਿਆ ਹੈ ਕਿ ਜਿਵੇਂ ਕਿਸਾਨਾਂ ਦੇ ਹਿੱਤ ਵਿੱਚ ਪੰਜਾਬ ਦੇ ਨਾਲ ਜੁੜੇ ਨੇ ਉਸੇ ਤਰ੍ਹਾਂ ਹੀ ਪੰਜਾਬ ਦੇ ਹਿੱਤ ਵਿੱਚ ਕੋਵਿਡ ਖਿਲਾਫ ਲੜਾਈ ਵਿੱਚ ਉਹਨਾਂ ਦੀ ਸਰਕਾਰ ਨੂੰ ਕਿਸਾਨਾਂ ਦੇ ਸਹਿਯੋਗ ਉੱਤੇ ਨਿਰਭਰ ਹੈ। ਮੁੱਖ ਮੰਤਰੀ ਨੇ ਇਸ ਗੱਲ 'ਤੇ ਧਿਆਨ ਦਿਵਾਇਆ ਹੈ ਕਿ ਪੰਜਾਬ ਵਿੱਚ ਕੋਵਿਡ ਦੀ ਦੂਜੀ ਲਹਿਰ ਦੇ ਸਿਖਰ ਦੌਰਾਨ ਹੀ ਹਾਲਤ ਕਾਬੂ ਤੋਂ ਬਾਹਰ ਨਹੀਂ ਹੋਏ। ਜਿਵੇਂ ਕਿ ਕੁਝ ਦੂਜੇ ਸੂਬਿਆਂ ਵਿੱਚ ਵਾਪਰਿਆ ਹੈ ਉਹਨਾਂ ਕਹੇ ਕਿ ਕੋਵਿਡ ਮਹਾਮਾਰੀ ਦੇ ਪ੍ਰਬੰਧ ਦੇ ਸਬੰਧ ਵਿੱਚ ਹੁਣ ਤੱਕ ਸੂਬਾ ਬਿਹਤਰ ਕਾਰਜਗਾਰੀ ਦਿਖਾਉਣ ਵਾਲਿਆਂ ਵਿੱਚ ਇੱਕ ਹੈ ਉਹਨਾਂ ਕਹੇ ਕਿ ਆਕਸੀਜਨ ਦੀ ਸਪਲਾਈ ਦੀ ਘਾਟ ਦੇ ਬਾਵਜੂਦ ਹਸਪਤਾਲਾਂ ਵਿੱਚ ਆਕਸੀਜਨ ਦੇ ਵੱਡੇ ਪੱਧਰ ਉੱਤੇ ਕੋਈ ਕਮੀ ਨਹੀਂ ਹੋਈ ਕਿਉਂਕਿ ਸੂਬੇ ਦੇ ਵਿੱਚ ਇਸ ਅਹਿਮ ਵਸਤ ਦਾ ਉਚਿਤ ਪ੍ਰਬੰਧ ਯਕੀਨੀ ਬਣਾਇਆ ਗਿਆ ਉਹਨਾਂ ਅੱਗੇ ਕਿਹਾ ਗਿਆ ਕੇਸ ਵਧਨ ਦੇ ਦੌਰਾਨ ਦਵਾਈਆਂ ਬੈੱਡ ਆਦਿ ਨੇ ਉਸੇ ਗਤੀਵਿਧੀਆਂ ਵਿੱਚ ਵਧਾਇਆ ਜਾਂਦਾ ਹੈ ਹੋਣਾ ਕਿ ਇਹ ਉਪਰਾਲੇ ਦਿੱਲੀ ਮਹਾਰਾਸ਼ਟਰ ਉੱਤੇ ਪ੍ਰਦੇਸ਼ ਵਰਗੇ ਸੂਬਿਆਂ ਤੋਂ ਬਿਲਕੁਲ ਉੱਠਾ ਹਨ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਹੈ ਕਿ ਮਹਾਮਾਰੀ ਨੂੰ ਪਰਬਾਵੀ ਟੰਗਣਾ ਨੇ ਪਉਣ ਵਿੱਚ ਉਹਨਾਂ ਦੀ ਸਰਕਾਰ ਦੇ ਨਾਕਾਮ ਰਹਿਣ ਦੇ ਲਾਏ ਸਾਰੇ ਦੋਸ਼ ਕਾਰਜ ਕਰਦੇ ਹੋਏ ਕਿ ਪੰਜਾਬ ਵਿੱਚ ਇਸ ਵੇਲੇ ਸਿਰ ਵੈਕਸੀਨ ਦੀ ਕਾਰਡ ਦੀ ਗੰਭੀਰ ਸਮੱਸਿਆ ਚ ਲੰਘ ਰਿਹਾ ਹੈ ਇਸ ਇਹ ਵੀ ਸੂਬਾ ਦੇ ਦੁਰ ਪ੍ਰਬੰਧਨਾ ਕਰਕੇ ਨਹੀਂ ਸਕੋ ਕੇਂਦਰ ਸਰਕਾਰ ਦੇ ਇਹ ਨੋਬਤ ਬਣੀ ਹੋਈ ਹੈ ਖਬਰ ਨੂੰ ਲੱਸ ਸਕ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ